ਹਾਂਜੀ ਬੀਰੇ ਵਾਲੇ ਪਿੰਡ 'ਚ ਖੜੇ ਆ ਸਭ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਟਾਈਮ ਚੈੱਕ ਕਰ ਲਓ ਜੀ 5:50 ਮਿੰਟ ਹੋ ਗਏ ਤੇ 16 ਤਰੀਕ ਦੀ ਇਹ ਵੀਡੀਓ ਚੰਗੀ ਤਰ੍ਹਾਂ ਚੈੱਕ ਕਰ ਲਿਓ ਤੇ ਉਹ ਘਰ ਸਾਹਮਣੇ ਕਿਸੇ ਗਰੀਬ ਬੰਦੇ ਦੀ ਕਹਿ ਸਕਦੇ ਹਾਂ ਹੁਣ ਜਿਹਨੇ ਵਿਚਾਰੇ ਨੇ ਉੱਚਾ ਨਹੀਂ ਪਾਇਆ ਹੈਗਾ ਨਾਰਮਲ ਬੰਦਾ ਤਾਂ ਉੱਚਾ ਚੱਕ ਹੀ ਪਾਉਂਦਾ ਹਾਲ ਦੇਖ ਲਓ ਘਰ ਦਾ ਘਰ ਦੀ ਨਿਉਂ ਤੋਂ ਪਾਣੀ ਉੱਪਰ ਹੋ ਗਿਆ ਤੇ ਦਰਵਾਜ਼ਾ ਇੱਕ ਇੱਕ ਦੇ ਹੈਗੇ ਇੱਕ ਦੇ ਹੈ ਰਹੀ ਖਾਸ ਕਰਕੇ ਪ੍ਰਸ਼ਾਸਨ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਨਾ ਚਲੋ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਕਿਸਾਨਾਂ ਨੂੰ ਵੀ ਸਾਰਾ ਕੁਝ ਮਿਲਣਾ ਚਾਹੀਦਾ ਜਿਨ੍ਹਾਂ ਦੀਆਂ ਫਸਲਾਂ ਮਰ ਗਈਆਂ ਪਰ ਕਈ ਵਾਰੀ ਇਹ ਜਿਹੇ ਹਾਲ ਹੋ ਜਾਂਦੇ ਵੀ ਯਾਰ ਇਹ ਜਿਹੇ ਘਰਾਂ ਨੂੰ ਨਹੀਂ ਕੁਝ ਮਿਲਦਾ ਇਹ ਵਿਚਾਰੇ ਇੰਹੀਂ ਇੰਹੀਂ ਡਿੱਗ ਜਾਂਦੇ ਨੇ ਜਾਂ ਰਹਿ ਜਾਂਦੇ ਨੇ ਬਹੁਤ ਔਖਾ ਹੋ ਜਾਂਦਾ ਸਰਕਾਰ ਖਾਸ ਕਰਕੇ ਇਹ ਚੀਜ਼ਾਂ 'ਤੇ ਧਿਆਨ ਰਵੇ ਦਵੇ ਵੀ ਜਿਹੜੇ ਵੀ ਪਿੰਡ ਦੇ ਵਿੱਚ ਕਿਸੇ ਦੇ ਦਿੱਤੇ ਜਾਣ ਕਿਸੇ ਵੀ ਤਰੀਕੇ ਨਾਲ ਜਾਂ ਉਹਨਾਂ ਨੂੰ ਮੁਆਵਜ਼ਾ ਪਰ ਇਹਨਾਂ ਦਾ ਖਾਸ ਧਿਆਨ ਰੱਖਿਆ ਜਾਵੇ ਜੀ ਕਿਸਾਨਾਂ ਦੇ ਨਾਲ-ਨਾਲ ਆ ਚੀਜ਼ ਦਾ ਵੀ ਆਜੋ ਜੀ ਅੱਗੇ ਦਿਖਾਉਨੇ ਆ ਬਈ ਤੇ ਇਹਨਾਂ ਨੂੰ ਭੈਣ ਹੋਰਾਂ ਨੂੰ ਪੁੱਛ ਲੈਣੇ ਆਂਂਟੀ ਇਹ ਘਰ ਵਾਲੇ ਬਾਗੇ ਕਿਤੇ ਬਾਹਰ ਹਾਂ ਵੀਰੇ ਬਾਹਰ ਗਏ ਨੇ ਰਾਤ ਦੇ ਗਏ ਨੇ ਅੱਛਾ ਛੱਡ ਕੇ ਕਿਤੇ ਛੱਡ ਕੇ ਸਮਾਨ ਦੇ ਛੱਡ ਕੇ ਸਮਾਨ ਸਮੂਹ ਲੈ ਗਏ ਇਹ ਵੀ ਢਾੜੀਦਾਰੀ ਹੋਣੀ ਢਾੜੀਦਾਰੀ ਦੇ ਵੀਰੇ ਠੀਕ ਹੈ ਹੋਰ ਇਧਰੋਂ ਵੀ ਘਰ ਖਾਲੀ ਹੋ ਗਏ ਹਾਂ ਇਧਰਲੀ ਸਾਈਡ ਤੋਂ ਸਾਰੇ ਕਲੋਨੀਆਂ ਖਾਲੀ ਨੇ ਠੀਕ ਹੈ ਪਿੰਡ ਦੇ ਵਿੱਚ ਕਾਫੀ ਘਰ ਇਹ ਜੇ ਵੀ ਹੋਣੇ ਜਿਹੜੇ ਨਹੀਂ ਖਾਲੀ ਹੋਏ ਕਿ ਸਾਰੇ ਹੋ ਗਏ ਸ ਪਾਉਨੋ ਦੋ ਇੱਥੇ ਪਾਣੀ ਹੈ ਨਹੀਂ ਸੀ ਆ ਸਾਰੇ ਏਰੀਆ ਚ ਪਾਣੀ ਹੋ ਗਿਆ ਆ ਦੇਖੋ ਇੱਧਰ ਇੱਧਰਲੇ ਪਾਸੇ ਦੇਖ ਲਓ ਤੇ ਆ ਘਰ ਦੇ ਵਿੱਚ ਬੈਕ ਸਾਈਡ ਤੋਂ ਪਾਣੀ ਆਉਣ ਲੱਗ ਗਿਆ ਹੋਣਾ ਕਿਉਂਕਿ ਕੰਧਾਂ ਵੀ ਕੋਈ ਪਲਾਸਟਰ ਨਹੀਂ ਹੈਗੀਆਂ ਯਾਰ ਤੇ ਇੱਧਰਲੇ ਪਾਸੇ ਦੇਖੋ ਪਾਣੀ ਕਿੰਨਾ ਜ਼ਿਆਦਾ ਆ ਰਿਹਾ ਤੇ ਇੱਕ ਚੀਜ਼ ਹੋਰ ਦੱਸਦੇ ਆ ਇਹ ਪਿੰਡ ਕਾਫੀ ਕਾਫੀ ਮੈਂ ਪਿੱਛੇ ਵੀ ਹੋਰਾਂ ਤੋਂ ਸੁਣਿਆ ਵੀ ਇਹ ਪਿੰਡ ਡੁੱਬਦਾ ਕਿਉਂ ਹੈ ਉੱਥੇ ਠੱਲ ਲੱਗ ਜਾਂਦੀ ਉਧਰਲੇ ਪਾਸੇ ਪਾਖੜਾ ਨਹਿਰ ਆ ਗਈ ਉਹਦੇ ਤੇ ਇੱਕ ਆ ਗਈ ਸੜਕ ਉਹਦੇ ਕਰਕੇ ਠੱਲ ਲੱਗ ਜਾਂਦੀ ਹੈ ਤੇ ਇਧਰਲੇ ਪਾਸੇ ਆ ਗਿਆ ਚੱਕਲੀ ਸ਼ੇਰ ਪਿੰਡ ਉਹ ਵੀ ਪੰਜਾਬ ਦਾ ਹੀ ਪਿੰਡ ਹੈ ਇਹ ਵੀ ਵੀਰੇਆਲਾ ਵੀ ਪੰਜਾਬ ਦਾ ਪਿੰਡ ਹੈ ਜਿਹੜਾ ਚੱਕਲੀ ਸ਼ੇਰ ਪਿੰਡ ਹੈ ਉੱਥੇ ਆ ਗਿਆ ਸੂਆ ਸੂਏ ਕਰਕੇ ਵੀ ਪਾਣੀ ਸਾਰਾ ਇਧਰ ਹੀ ਆਉਂਦਾ ਇਹ ਨੀਵੇਂ ਤੇ ਆਜੋ ਇਧਰਲੇ ਪਾਸੇ ਦਿਖਾ ਦਨੇ ਉਹ ਘਰਾਂ ਚ ਸਾਰਿਆਂ ਚ ਪਾਣੀ ਫਿਰ ਗਿਆ ਆਜੋ ਆਹ ਦੇਖੋ ਹੁਣ ਇਸ ਦੂਬਾਰ ਆ ਘਰਾਂ ਚ ਜਾਣ ਲੱਗ ਗਿਆ ਜੀ ਪਾਣੀ ਆ ਜਿੰਦੇ ਲੱਗੇ ਹੋਏ ਨੇ ਘਰ ਤਾਂ ਲਗਭਗ ਸਾਰੇ ਬੰਦ ਹੀ ਪਏ ਨੇ ਆ ਦੇਖ ਲਓ ਸਾਹਮਣੇ ਆਕਰਤ ਵੀ ਪਾਣੀ ਹੋ ਗਿਆ ਉਹ ਸਾਰੇ ਘਰ ਉਦੋਂ ਪਹਿਲਾਂ ਸੀ ਜਦੋਂ ਵੀਡੀਓ ਬਣਾਉਣ ਆਏ ਸੀ ਉਦੋਂ ਪਹਿਲਾਂ ਬਣਾਈ ਸੀ ਉਦੋਂ ਉੱਥੇ ਪਾਣੀ ਬੈਕ ਸਾਈਡ ਤੇ ਸੀ ਆ ਫਿਰਨ ਲੱਗ ਗਿਆ ਜੀ ਪਾਣੀ ਸਾਰੇ ਕਿਤੇ ਲਗਭਗ ਸਾਰੇ ਜੀਂਦੇ ਲੱਗੇ ਪਏ ਨੇ ਇਧਰਲੇ ਪਾਸੇ ਦੇਖ ਲਓ ਤੁਸੀਂ ਇਧਰ ਦੇਖ ਲਓ ਆ ਸਾਰੇ ਘਰ ਬੰਦ ਪਏ ਨੇ ਲਗਭਗ ਮੈਨੂੰ ਲੱਗਦਾ ਆਂਟੀ ਹੋਰੀ ਮਿੱਟੀ-ਮੁੱਟੀ ਪਾਉਣ ਲੱਗ ਰਹੇ ਨੇ ਠੀਕ ਹੈ ਬਾਈ ਵਧੀਆ ਵਧੀਆ ਤੇ ਆ ਅੰਕਲ ਹੋਰੀ ਖੜੇ ਨੇ ਮੈਨੂੰ ਲੱਗਦਾ ਇਹਨਾਂ ਨੇ ਵੀ ਬੰਦ ਕਰਤਾ ਹੋਣਾ ਘਰ ਸ ਆਪਣਾ ਤਾਂ ਉਹ ਹੈ ਬਾਈ ਸੋਡਾ ਉਹ ਹੈ ਜੀ ਆਹ ਆਂਟੀ ਹੋਣਾ ਨੇ ਹੁਣ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਇਹ ਤਾਂ ਜਾਣ ਕੇ ਇਹਨਾਂ ਨੂੰ ਕੋਈ ਵੀ ਸਪੜਾ ਸੁਪੜਾ ਥੱਲੋਂ ਨਹੀਂ ਆਇਆ ਅੱਛਾ ਅੱਛਾ ਵੈਸੇ ਤਾਂ ਬੰਦ ਹੀ ਹੋਣਾ ਕਰ ਤਾਂ ਚਲੋ ਠੀਕ ਹੈ ਸੇਫਟੀ ਵੀ ਜ਼ਰੂਰੀ ਹੈ ਹੈਲਪ ਕਰਾਈਏ ਬਾਈ ਕੋਈ ਨਾ ਨਾ ਵੀਰੇ ਥੈਂਕ ਯੂ ਚੁਕਾ ਦੰਨੇ ਆ ਬੱਠਲ ਨਾ 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 ਥੈਂਕ ਯੂ ਵੀਰੇ ਆ ਜੋ ਜੀ ਉਧਰ ਦੇਖਾ ਦੇਣਾ ਉੱਥੇ ਡੁੱਬ ਗਏ ਜੀ ਘਰ ਵਿਚਾਰਿਆਂ ਦੇ ਉਧਰਲੇ ਪਾਸੇ ਦਾ ਤੇ ਉਹ ਦੇਖ ਲਓ ਸਾਹਮਣੇ ਤੁਸੀਂ ਉਹ ਘਰ ਸਾਰੇ ਪਾਰਾਂ ਵਾਲੇ ਤਾਂ ਖਰਾਬ ਹੀ ਖਤਮ ਹੈ ਜੀ ਕਹਾਣੀ ਉਹਨਾਂ 'ਚ ਪਾਣੀ ਜਾਣ ਲੱਗ ਗਿਆ ਉਹ ਦੇਖ ਲਓ ਸਾਹਮਣੇ ਉਦੋਂ ਜਦ ਸਾਰਾ ਪਿੰਡ ਇਹ ਡੁੱਬ ਜਾਂਦਾ ਇਹ ਨੀਵੇਂ ਚ ਆ ਗਿਆ ਕਾਫੀ ਜ਼ਿਆਦੇ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾ ਦਣਾ ਦੇਖ ਲਓ ਇਧਰ ਆਹ ਦੇਖ ਲਓ ਜੀ ਕਿਸੇ ਗਰੀਬ ਦੇ ਘਰੇ ਯਾਰ ਕਿਵੇਂ ਪਾਣੀ ਐਂਟਰ ਕਰਨ ਲੱਗ ਰੇ ਆਹ ਦੇਖ ਲਓ ਤੁਸੀਂ ਹਾਲਾਤ ਦੇਖ ਲਓ ਦੇਖੋ ਇਧਰਲੇ ਪਾਸੇ ਤਾਂ ਹੋ ਗਈ ساری ਖਾਤੋਂ ਕਹਾਣੀ ਆਹ ਦੇਖੋ ਆਹ ਪਤਾ ਨਹੀਂ ਹਨਾ ਕਿੰਨੇ ਕੇ ਰੀਜਾਂ ਨਾਲ ਯਾਰ ਕਿਸੇ ਨੇ ਆਹ ਰੁੱਖ ਲਾਏ ਹੋਏ ਨੇ ਯਾਰ ਵਿਚਾਰੇ ਨੇ ਆਹ ਚੀਜ਼ ਕਰੀ ਹੋਈ ਹੈ ਕਿਸੇ ਦਾ ਕਿਸੇ ਦਾ ਆਹ ਕਮਰਾ ਦੇਖ ਲਓ ਤੁਸੀਂ ਕਿੰਨਾ ਜਾਰੇ ਡੂੰਗੇ ਕਮਰੇ ਚ ਪਾਣੀ ਆਉਣ ਲੱਗ ਗਿਆ ਜੀ ਆ ਮੈਂ ਮੜਾ ਚਲੋ ਖੋਲ ਕੇ ਵੀ ਦਿਖਾ ਦਣਾ ਆਹ ਦੇਖੋ ਕਮਰੇ ਚ ਪਾਣੀ ਆਉਣ ਲੱਗ ਗਿਆ ਉਧਰਲੇ ਪਾਸੋਂ ਉਹ ਵਿਚਾਰੇ ਦਾ ਉਧਰਲਾ ਵੀ ਗੇਟ ਟੁੱਟਿਆ ਪਿਆ ਬਹੁਤ ਬੁਰਾ ਹਾਲ ਐ ਯਾਰ ਘਰ ਦਾ ਜੀ ਦਾ ਵੀ ਕਿਸੇ ਦਾ ਭੈਣ ਭਰਾ ਦਾ ਘਰ ਹੈਗਾ ਇਹ ਬਹੁਤ ਬੁਰਾ ਹਾਲ ਐ ਆ ਬੰਦ ਕਰ ਦੰਨੇ ਆਪਾਂ ਲੋ ਜੀ ਬੰਦ ਕਰਤਾ ਆ ਦੇਖੋ ਕਿ ਕਿੰਨੇ ਸ਼ੌਂਕ ਨਾਲ ਕੋਈ ਇੱਥੇ ਬਹਿ ਕੇ ਪਰਿਵਾਰ ਰੋਟੀ ਪਾਣੀ ਬਣਾ ਕੇ ਖਾਂਦਾ ਹੋਣਾ ਯਾਰ ਬੁਰਾ ਹਾਲ ਹੋ ਗਿਆ ਇਧਰਲੇ ਪਾਸੇ ਆਜੋ ਸ਼ਰਮਾ ਜੀ ਇਧਰ ਵੀ ਬੁਰਾ ਹਾਲ ਈ ਪਾਣੀ ਆਉਣ ਲੱਗ ਗਿਆ ਇਧਰ ਆ ਦੇਖੋ ਇਧਰ ਦੇਖ ਲਓ ਤੁਸੀਂ ਆ ਸਾਰਾ ਪਾਣੀ ਹੀ ਪਾਣੀ ਫਿਰਦਾ ਜੀ ਤੁਰਿਆ ਉਧਰ ਵੀ ਬਾਈ ਵੱੜ ਰਿਹਾ ਹੋਣਾ ਪਾਣੀ ਯਾਰ ਸੋਡੇ ਵੀ ਆਉਣ ਲੱਗ ਗਿਆ ਆ ਸਾਰਾ ਖਤਮ ਹੋਊਗਾ ਜੀ ਆ ਦੇਖ ਲੋ ਯਾਰ ਇੱਟਾਂ ਦੀ ਤੁਸੀਂ ਕੰਧਾਂ ਹੀ ਦੇਖ ਲੋ ਨਾਰਮਲ ਨੇ ਇਧਰ ਵਿਚਾਰੇ ਨੇ ਪੜਦਾ ਕਰਿਆ ਹੋਇਆ ਜੀ ਇਧਰੋਂ ਪਾਣੀ ਜਾਣ ਲੱਗ ਰਿਹਾ ਸ਼ਰਮਾ ਜੀ ਦਿਖਾ ਦਿਓ ਤੇ ਆ ਸਾਰਾ ਪਾਣੀ ਜੀ ਇਹ ਪਿੰਡ 'ਚ ਐਂਟਰ ਹੋਊਗਾ ਜਿਹੜਾ ਤੁਸੀਂ ਉਧਰ ਸਾਹਮਣੇ ਨਿਗਾ ਮਾਰ ਕੇ ਜੇ ਤੁਸੀਂ ਦੇਖੋਗੇ ਨਾ ਕੋ ਜਿੱਥੇ ਤੱਕ ਪਾਣੀ ਖੜੇ ਉਹ ਪਾਣੀ ਅੱਗੇ ਨਹੀਂ ਟੱਪਦਾ ਉਧਰ ਉੱਚੀ ਹੈ ਜਗ੍ਹਾ ਕਾਫੀ ਜ਼ਿਆਦੇ ਨੱਕੇ ਨੁੱਕੇ ਵੀ ਤੋੜੇ ਨੇ ਪਰ ਉਧਰ ਪਾਣੀ ਟੱਪਦਾ ਹੀ ਨਹੀਂ ਅੱਗੇ ਕਾਫੀ ਉੱਚਾ ਆ ਗਿਆ ਚੱਕਲੀ ਸ਼ੇਰ ਪਿੰਡ ਉਹ ਵੀ ਪੰਜਾਬ ਦਾ ਹੈ ਤੇ ਇਧਰਲੇ ਪਾਸੇ ਆ ਇੱਥੇ ਦਾ ਸਾਰਾ ਪਾਣੀ ਪੈਣ ਹੀ ਲੱਗ ਰਿਹਾ ਹਾਲ ਦੇਖ ਲਓ ਜੀ ਤੁਸੀਂ ਆ ਤੇ ਵੀਡੀਓ ਕਰਦੀਓ ਜੀ ਸ਼ੇਅਰ ਅਸੀਂ ਫੇਰ ਵੀ ਦੁਬਾਰੇ ਬੇਨਤੀ ਕਰਦੇ ਹਾਂ ਹਰੇਕ ਵੀਡੀਓ 'ਚ ਵੀ ਜਿਹੜੇ ਵੀ ਪਿੰਡ ਨੂੰ ਅਲਰਟ ਤੇ ਰੱਖਿਆ ਹੋਇਆ ਉਹ ਕੋਈ ਇਹਨੂੰ ਅਣਗਹਿਲੀ ਨਾਲ ਉਹ ਆਪਦਾ ਜ਼ਰੂਰੀ ਸਾਮਾਨ ਕੱਢ ਕੇ ਸੇਫ ਜਗ੍ਹਾ ਤੇ ਰੱਖ ਦਿਓ ਘਰ ਕੰਧਾਂ ਦੁਬਾਰੇ ਬਣ ਜਾਣਗੇ ਪਰ ਜਾਨ ਨਹੀਂ ਦੁਬਾਰੇ ਬਣਨੀ